ਦੱਸਣਾ ਚਾਹੁੰਦੇ ਹਾਂ ਕਿ ਜਿੱਥੇ ਲੋਕਡਾਊਨ 4 ਦੇ ਵਿੱਚ ਪ੍ਰਸ਼ਾਸਨ ਵੱਲੋਂ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਲੋਕ ਆਪਣੀ ਰੋਜ਼ੀ ਰੋਟੀ ਕਮਾ ਸਕਣ, ਪਰ ਉੱਥੇ ਹੀ ਕੁਝ ਸ਼ਰਾਰਤੀ ਅਨਸਰ ਜੋ ਮਿਹਨਤ ਕਰਕੇ ਨਹੀਂ ਕਮਾਉਣਾ ਚਾਹੁੰਦੇ ਪਰ ਉੱਥੇ ਹੀ ਕੁਝ ਸ਼ਰਾਰਤੀ ਅਨਸਰ ਜੋ ਕਮਾਈ ਕਰਨ ਦੀ ਥਾਂ ਚੋਰੀ ਅਤੇ ਲੁੱਟ ਨੂੰ ਅੰਜਾਮ ਦੇ ਰਹੇ ਹਨ। ਦੱਸ ਦਈਏ ਕਿ ਨੰਗਲ ਦੇ ਕਰੀਬੀ ਪਿੰਡ ਨੰਗਲੀ ਵਿਖੇ ਦਿਨ ਦਿਹਾੜੇ ਸ਼ਿਵ ਮੰਦਿਰ ਦੇ ਵਿੱਚ ਚੋਰੀ ਦੀ ਘਟਨਾ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੰਜਾਮ ਦਿੱਤਾ ਗਿਆ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸਵੇਰੇ 11 ਵਜੇ ਤੱਕ ਮੰਦਿਰ ਦੇ ਵਿੱਚ ਪੂਜਾ ਪਾਠ ਦਾ ਕਾਰਜਕ੍ਰਮ ਚੱਲਦਾ ਹੈ ਅਤੇ ਉਦੋਂ ਤੱਕ ਉੱਥੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਸੀ, ਪਰ ਉਸ ਤੋਂ ਬਾਅਦ ਸ਼ਰਾਰਤੀ ਅਨਸਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਚੋਰੀ ਕਰਨ ਵਾਲੇ ਵਿਅਕਤੀਆਂ ਵੱਲੋਂ ਮੰਦਿਰ ਦੇ ਵਿੱਚ ਪੈਸੇ ਪਾਉਣ ਲਈ ਰੱਖੀ ਗਈ ਗੋਲਕ ਨਾਲ ਹੀ ਲੈ ਗਏ। ਚੋਰੀ ਕਰਨ ਵਾਲੇ ਵਿਅਕਤੀ ਮੰਦਿਰ ਦੇ ਵਿੱਚ ਪੈਸੇ ਪਾਉਣ ਲਈ ਰੱਖੀ ਗਈ ਗੋਲਕ ਨੂੰ ਆਪਣੇ ਨਾਲ ਹੀ ਲੈ ਗਏ। ਸਥਾਨਕ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਸੀ, ਪਰ 24 ਘੰਟੇ ਬੀਤਣ ਉਪਰੰਤ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਪੁਲਿਸ ਮੌਕੇ 'ਤੇ ਪਹੁੰਚੀ ਹੈ। ਆਓ ਵੇਖਦੇ ਹਾਂ ਅਵਿਨਾਸ਼ ਸ਼ਰਮਾ ਦੇ ਨਾਲ ਰਕੇਸ਼ ਰਾਣਾ ਦੀ ਰਿਪੋਰਟ। ਐਕਚੁਲੀ ਸਵੇਰੇ ਸਵੇਰੇ ਮਤਲਬ ਸਾਡੇ ਮਤਲਬ ਜਿੰਨੇ ਵੀ ਆਉਂਦੇ ਪੂਜਾ ਕਰਨ ਵਾਸਤੇ 11 ਵਜੇ ਤੱਕ ਆਉਂਦੇ, ਉਹਦੇ ਬਾਅਦ ਮਤਲਬ ਕੋਈ ਨਹੀਂ ਆਉਂਦਾ। 11 ਵਜੇ ਤੋਂ ਬਾਅਦ ਮੰਦਰ ਖੁੱਲ੍ਹਾ ਸੀਗਾ ਅਤੇ ਜਾਂ ਸ਼ਾਮ ਨੂੰ ਅਸੀਂ ਜੋਤ ਕਰਨ ਵਾਸਤੇ ਸਾਡੀਆਂ ਲੇਡੀਜ਼ ਆਈਆਂ ਨਾ, ਅਤੇ ਉਦੋਂ ਬਾਅਦ ਮਤਲਬ ਜੇ ਦੇਖਿਆ ਤਾਂ ਉੱਥੇ ਗੱਲਾਂ ਨਹੀਂ ਸੀਗਾ ਪਿਆ। ਅਤੇ 2-3 ਅੱਜ ਨੂੰ ਵੀ ਮਤਲਬ ਸਾਡੇ ਚਾਚੇ ਨੇ ਵੀ ਦੇਖਿਆ, ਉਹ ਬੰਦਾ ਸਾਈਕਲ 'ਤੇ ਤਾਂ ਚੈਨ ਚੂਨ 'ਚ ਬੈਠ ਕੇ ਚੈਨ ਦੀ ਚੜਾਇਆ ਕਰਦਾ ਸੀਗਾ, ਭਈਆ ਸੀਗਾ ਪਤਾ ਨਹੀਂ ਕੌਣ ਸਾ, ਇਹ ਨਹੀਂ ਦੇਖਿਆ ਸੀਗਾ। ਅਤੇ ਉਹਦੇ ਬਾਅਦ ਸਾਨੂੰ ਮਤਲਬ ਉਹਦੇ ਬਾਅਦ ਪਤਾ ਨਹੀਂ, ਜੇ ਦੇਖਿਆ ਤਾਂ ਮਤਲਬ ਫਿਰ ਅਸੀਂ ਰਾਤ ਨੂੰ ਪੁਲਿਸ ਸਰਪੰਚ ਸਾਹਿਬ ਨੂੰ ਕਿਹਾ, ਸਰਪੰਚ ਨੇ ਮਤਲਬ ਉਹਨਾਂ ਨੂੰ ਪੁਲਿਸ ਨੂੰ ਵੀ ਰਿਪੋਰਟ ਕੀਤੀ ਅਤੇ ਪੁਲਿਸ ਕਿਸੇ ਮਤਲਬ ਕੰਮ ਦੀ ਵਜ੍ਹਾ ਨਾਲ ਮਤਲਬ ਬੀਜ਼ੀ ਸੀ। ਫਿਰ ਉਹ ਸਵੇਰੇ ਕਹਿੰਦੇ ਹੁਣ ਪੁਲਿਸ ਨਹੀਂ ਆਈ ਅਜੇ ਤੱਕ, ਨਹੀਂ ਹਜੇ ਤੱਕ ਨਹੀਂ ਆਈ ਸੀ, ਮਤਲਬ ਕਹਿੰਦੇ ਸੀ ਰਾਤੀ ਕੋਈ ਬਿਜ਼ੀ ਸੀ ਕਹਿੰਦੇ, ਅਤੇ ਹੁਣ ਕਹਿੰਦੇ ਅਸੀਂ ਆ ਰਹੇ, ਕਹਿੰਦੇ ਗਗਨ ਜੀ ਡਿਊਟੀ ਲਾਈ ਹੋਈ ਮਤਲਬ ਗੁਰਮੇਲ ਪੁਲਿਸ ਨੇ ਜਾਣਕਾਰੀ ਕਦੋਂ ਦਿੱਤੀ ਹੈ ਜੀ? ਅਸੀਂ ਰਾਤ ਦਿੱਤੀ ਸੀ ਸਰਪੰਚ ਸਾਹਿਬ ਨੇ, ਕੱਲ੍ਹ ਦੀ ਜਾਣਕਾਰੀ ਦਿੱਤੀ? ਹਾਂ ਕੱਲ੍ਹ ਦੀ ਦਿੱਤੀ, 9 ਵਜੇ ਦਿੱਤੀ ਸੀਗੀ। ਉਹ ਫਿਰ ਮੈਂ ਪੁੱਛਿਆ ਉਹਨੂੰ, ਕਹਿੰਦੇ ਸਾਨੂੰ ਕਹਿੰਦੇ ਇਨਫੋਰਮ ਕੀਤਾ ਸੀਗਾ, ਕਹਿੰਦੇ ਮੁਨਸ਼ੀ ਸਾਹਿਬ ਨੇ, ਕਹਿੰਦੇ ਅਤੇ ਉਹ ਮਤਲਬ ਬਿਜ਼ੀ ਸੀਗੇ ਕਿਸੇ ਹੋਰ ਕੰਮ 'ਚ, ਅਤੇ ਕਹਿੰਦੇ ਹੁਣ ਅਸੀਂ ਆ ਰਹੇ ਹਾਂ ਸੱਚੋ ਨਾਲ ਕਹਿੰਦੇ। ਹਾਂ ਦਿਨ ਨੂੰ ਮਤਲਬ 11 ਦੇ ਮਤਲਬ 7:30 ਦੇਖਿਆ ਨਹੀਂ ਮਤਲਬ। ਪੁਲਿਸ ਰਾਤ ਕੋਈ ਜ਼ਰੂਰੀ ਕੰਮ ਕਰਕੇ ਨਹੀਂ ਆਈ, ਅਤੇ ਹੁਣ ਇਸ ਟਾਈਮ SHO ਭੂਸ਼ਣ ਸ਼ਰਮਾ ਅਤੇ ਐਂਡ ASI ਗਗਨਦੀਪ ਜੀ ਖੁਦ ਆ ਰਹੇ ਨਾਲ ਜੀ। ਗਲੇ ਵਿੱਚ ਤਕਰੀਬਨ 4-5 ਹਜ਼ਾਰ ਜਾਂ ਘੱਟ ਤੋਂ ਵੱਧ 7 ਦੇ ਕਰੀਬ ਹੋ ਸਕਦਾ ਜੀ। ਇਹ ਪਹਿਲਾਂ ਕਦੀ ਇੱਦਾਂ ਦੀ ਚੋਰੀ ਨਹੀਂ ਹੋਈ, ਪਿੱਛੇ ਇੱਕ ਵਾਰ ਚੋਰੀ ਹੋਈ ਸੀ, ਇੱਥੇ ਗਾਗਰ ਚੋਰੀ ਹੋਈ ਅਤੇ ਨਾਗ ਜੋ ਤਾਂਬੇ ਦਾ ਬਣਿਆ ਸੀ ਉਹ ਚੋਰੀ ਹੋਇਆ ਸੀ। ਠੀਕ ਹੈ, ਅਤੇ ਕਿੰਨਾ ਪਰ ਸ਼ੱਕ ਹੈ ਜੀ, ਆਈਡੀਆ ਸ਼ੱਕ ਤਾਂ ਐਸੇ ਫਿਲਹਾਲ ਤਾਂ ਕਿਸੇ ਪਰ ਨਹੀਂ। ਇੱਕ ਇੱਥੇ ਭਈਆ ਦੇਖਿਆ ਗਿਆ ਜੀ ਇਹਨਾਂ ਵੱਲ, ਅਤੇ ਜੋ ਚੈਨ ਨੂੰ ਚੜਾਉਂਦਾ ਸੀ ਉਹ ਵੀ ਕਲੀਅਰ ਨਹੀਂ ਵੀ ਉਹਨੇ ਚੋਰੀ ਕੀਤਾ ਜਾਂ ਹੋਰ ਕਿਸੇ ਨੇ ਚੋਰੀ ਕੀਤਾ ਜੀ।